¿Qué tienes tú? ¿Qué ha puesto tú? ¿Qué ha puesto tú? ¿Sum? ¿Suna? ¿Sarte camaré de ar? ¿Qué haré yo aquí en tu camaré? ¿Tú te pitaunga, litaunga, chitpana que te caunga o qué? ਪਰੇਸ਼ਾਨ ਆ ਬੀਬੀ ਜੀ ਠੀਕ ਹੋ ਗਈ ਹੈ ਹੁਣ ਸਭ ਪਾਗਲ ਹੋ ਗਿਆ ਉਹਦਾ ਬੰਦਾ ਉਹ ਤਾਂ ਵੈਸੇ ਹੀ ਪਾਗਲ ਤੈਨੂੰ ਨਹੀਂ ਪਤਾ ਪੈਂਡੂ ਜੇ ਹੈ ਗਈ ਆ ਵੈਸੇ ਤਾਂ ਕਹਿੰਦੀ ਪਈ ਆ ਪਾਗਲ ਨੇ ਹਾਂ ਚਲੋ ਕੋਈ ਬਾਤ ਨਹੀਂ ਵੈਸੇ ਮੈਨੂੰ ਗੱਲ ਦੱਸ ਹੈ ਮੈਨੂੰ ਨਾ ਪਿਆਰ ਕਰਨਾ ਹੈ ਹੈ ਪਿਆਰ ਕਰਨਾ ਤਾਂ ਕਰਤਾ ਹੂੰ ਕਿੰਨਾ ਮੈਂ ਨਹੀਂ ਕਰਤਾ ਕਿਉਂ ਨਹੀਂ ਕਰਤਾ ਤੇਰੇ ਨਾਲ ਖੁਸਰੇ ਠੀਕ ਨੇ ਉਹਦਾ ਕੀ ਫਾਇਦਾ ਇਹ ਤੇ ਪੁੱਛ ਲੈ ਇਹ ਤਾਂ ਪੁੱਛ ਲੈ ਕਿ ਉਹ ਤੇਰੇ ਨਾਲ ਕਿਉਂ ਨਹੀਂ ਵਿਆਹ ਕਰਨਾ ਚਾਹੁੰਦਾ ਕਿਉਂ ਉਹਦੀ ਕਿਸਮਤ ਖਰਾਬ ਹੈ ਐ ਕੋਈ ਹੱਸਣ ਵਾਲੀ ਗੱਲ ਹੈ ਵੇ ਕਿਸਮਤ ਉਹਦੀ ਖਰਾਬ ਹੈ ਯਾਰ ਇਹਦੀ ਕਿਸਮਤ ਕਿਉਂ ਖਰਾਬ ਹੈ ਉਹਦੀ ਕਿਸਮਤ ਕਿਉਂ ਖਰਾਬ ਹੈ ਅੱਛਾ ਗੱਲ ਸੁਣ ਮੈਂ ਅਸਲ ਤੈਨੂੰ ਆਪਣਾ ਹੌਸਲਾ ਬਣਾ ਬੈਠਾ ਸੀ ਭਈਆ ਜਦੋਂ ਮੈਂ ਕਿਸਮਤ ਵੇਖੀ ਇਹਨੇ ਹੌਸਲਾ ਛੱਡ ਦਿੱਤਾ ਛੱਡ ਯਾਰ ਬੰਦਾ ਮਾੜਾ ਵੀ ਨਾ ਹੋਵੇ ਨਾ ਖਰਾਬ ਹੋ ਇਦਾਂ ਨਾ ਮੈਂ ਨਾ ਰਾਤੀ ਰੋ ਰਿਹਾ ਸੀ ਪਰੇਸ਼ਾਨ ਸੀ ਮੈਂ ਹੌਸਲਾ ਦਿੱਤਾ ਅੱਛਾ ਅੱਛਾ ਗੱਲ ਸੁਣ ਜੀ ਭਈਆ ਮੈਨੂੰ ਨਾ ਕੁੜੀ ਨੂੰ ਆਈ ਲਵ ਯੂ ਕਹਿਣਾ ਨਹੀਂ ਆਉਂਦਾ ਕਦੀ ਫਿਲਮ ਵੀ ਨਹੀਂ ਦੇਖੀ ਨਹੀਂ ਯਾਰ ਪਾਇਨ ਤੁਹਾਨੂੰ ਕਿਵੇਂ ਪਤਾ ਐਡੇ ਵੱਡੇ ਹੋ ਗਏ ਤੁਸੀਂ ਯਾਰ ਕੁੱਤੇ ਆਪਕਾ ਭਾਈ ਸਿਖਾਏਗਾ ਸਾਰਾ ਕੁਝ ਅੱਛਾ ਸਮਝੋ ਆ ਤੁਹਾਡੀ ਮੰਗੇਤਰ ਹੈ ਇਹ ਫਿਲਮੀ ਸੀਨ ਹੈ ਅੱਛਾ ਫਿਲਮੀ ਸੀਨ ਹੱਥਾਂ ਜੱਤ ਪਾਓ ਹਾਂ ਯਾਰ ਕਿ ਜਾਨੂ ਅੱਛਾ ਉਹ ਇੰਜ ਕੀ ਪੇ ਵੀ ਜਿਵੇਂ ਇਹਦੇ ਮਗਰ ਬਹੁਤ ਨੇ ਸ਼ੁਕਰ ਹੈ ਨਹੀਂ ਇਹ ਫਿਲਮ ਕਾ ਸੀਨ ਹੈ ਲੜਕੀ ਕਾ ਬਲੱਡ ਲੋ ਹੈ ਕਹੋ ਜਾਨੂ ਕੁੜੀ ਦਾ ਬਲੱਡ ਲੋ ਹੈ ਹਾਂ ਸਾਲਿਆ ਮੈਂ ਜਾਨੂ ਕਹਾਂ ਉਹਦਾ ਬਲੱਡ ਲੋ ਹੋਇਆ ਕੁੜੀ ਮੇਰੇ ਤੇ ਪੈ ਜਾਵੇ ਇਹੀ ਤੇ ਮੰਗਣੀਆਂ ਟੁੱਟੀਆਂ ਉਹਦੀ ਵੀ ਕਿਸਮਤ ਠੀਕ ਨਹੀਂ ਤੁਹਾਨੂੰ ਮੇਰਾ ਪਤਾ ਨਹੀਂ ਉੱਥੇ ਖੜੇ ਕਿਹੜੇ ਪਾਸੇ ਲਈ ਜਾਂਦੀ ਹੈ ਜ਼ਰਾ ਧਿਆਨ ਉਧਰ ਮੂੰਹ ਕਰ ਉਧਰ ਉਧਰ ਐ ਇੰਜ ਫਿਲਮਾਂ ਚੇਂਜ ਕਰ ਇਹਨੂੰ ਸਮਝਾਓ ਇਹਦਾ ਧਿਆਨ ਕਿਸਮਤ ਦਾ ਲਈ ਹੈ ਨਹੀਂ ਨਹੀਂ ਉਹ ਹੀਰੋ ਜਾਂਦਾ ਤੇਰਾ ਮੇਰੇ ਹੱਲੇ ਤੁਸੀਂ ਜਾ ਕੇ ਕਹਿਣਾ ਜਾਨੂ ਜਾਨੂ ਹਾਂ ਨਹੀਂ ਅੱਗੇ ਮੈਂ ਡਾਇਲੌਗ ਦੱਸਾਂਗਾ ਕਹੋ ਜਾਨੂ ਜਿਸ ਦਿਨ ਮੈਂ ਕਰਨਾ ਆਵਾਂ ਤੇ ਉਹ ਆਏਗਾ ਜਿਹਦੀ ਕਿਸਮਤ ਨਹੀਂ ਠੀਕ ਜਾਨੂ ਯਾਦ ਕਰੋ ਵੋ ਹੌਲੀ ਕੀ ਰਾਤ ਜਿਸ ਰਾਤ ਤੁਮ ਕਹਿ ਰਹੀ ਥੀ ਹੌਲੀ ਗੱਲ ਕਰੋ ਬੀਬੀ ਜੀ ਉੱਠ ਜਾਣਗੇ ਇੱਧਰ ਆ ਇਹ ਹੁਣ ਉਹ ਖਲੋਤੀ ਹੈ ਤੇ ਤੂੰ ਜਾ ਕੇ ਕਹਿਣਾ ਹਾਂਜੀ ਇਹ ਤੁਸੀਂ ਮੈਨੂੰ ਡਾਇਲੌਗ ਦੱਸੋ ਠੀਕ ਹੈ ਚੱਲ ਦੱਸੋ
ਮੇਰਾ ਧਿਆਨ ਮੋਢੇ ਆਣ ਲਈ ਹੈ। ਜਾਨ ਤੇਰਾ ਕਿੱਧਰ ਹੈ? ਹਾਂ ਠੀਕ, ਤੂੰ ਇਹ ਜਾਣਾ ਜਾ ਕੇ ਕੋਲ ਹੱਥ ਨਹੀਂ ਫੜਨੇ, ਹਾਂ ਤੂੰ ਜਾ ਕੇ ਕਹਿਣਾ ਘਬਰਾ ਨਾ, ਜੋ ਜੋ ਮੈਂ ਕਹੀ ਜਾਣਾ ਤੂੰ ਬੋਲੀ ਜਾ। ਠੀਕ ਹੈ ਚੱਲ, ਇੱਕ ਕੋਈ ਇੱਕ ਅੱਧਾ ਡਾਇਲੌਗ ਜਦੋਂ ਆਮਦ ਹੋਵੇ ਕੋਲੋਂ ਵੀ ਬੋਲ ਸਕਣਾ? ਨਹੀਂ ਨਹੀਂ ਮੈਂ ਬੋਲਾਂਗਾ ਮੈਂ, ਠੀਕ ਜੋ ਜੋ ਮੈਂ ਕਹੀ ਜਾਵਾਂ ਉਹੀ ਕਹਿਣਾ। ਠੀਕ ਹੈ ਚੱਲ ਜਾ, ਘਬਰਾ ਨਾ ਸੋਣੀਏ, ਘਬਰਾ ਨਾ ਸੋਣੀਏ, ਘਬਰਾ ਨਾ ਸੋਣੀਏ। ਨਹੀਂ ਨਹੀਂ ਸਮਝ ਲੈ, ਤੂੰ ਮੂੰਹ ਹਿਲਾ ਰਿਹਾ, ਪਿੱਛੋਂ ਆਵਾਜ਼ ਮੇਰੀ ਹੈ। ਅੱਛਾ ਇੰਜ ਇੰਜ ਇੰਜ, ਇਹ ਪਹਿਲੇ ਟਰਨ ਕਰੇਗੀ ਤੇਰੇ ਵੱਲ ਕੈਮਰਾ, ਐਕਸ਼ਨ, ਪਿੱਛੇ ਨੂੰ ਇੱਧਰ ਨੂੰ ਵੇਖ, ਮੁੰਡੇ ਵੱਲ ਦੇਖ ਕੁੜੀਏ, ਇਹ ਦੇਖਿਆ, ਘਬਰਾ ਨਾ ਸੋਣੀਏ, ਤੂੰ ਘਬਰਾ ਨਾ, ਮੈਂ ਤੇਰੇ ਨਾਲ ਹਾਂ। ਮੈਂ ਜ਼ਿੰਦਗੀ 'ਤੇ ਜਿੰਨਾ ਜਮ੍ਹਾਂ ਪੂੰਜੀ ਇਕੱਠੀ ਕੀਤੀ ਹੈ, ਮੇਰੀ ਕੋਸ਼ਿਸ਼ ਹੈ ਮੈਂ ਲੋਕਾਂ ਕੋਲੋਂ ਉਧਾਰ ਫੜ ਕੇ ਵੀ ਆਪਣੀ ਭੈਣ ਦਾ ਵਿਆਹ ਜ਼ਰੂਰ ਕਰਾਂ। ਇੱਕ ਮਿੰਟ, ਅਗਲਾ ਸੀਨ, ਅਗਲਾ ਸੀਨ, ਪਾਓ ਹੱਥਾਂ 'ਚ। ਮੈਂ ਤੁਹਾਨੂੰ ਡਾਇਲੌਗ ਨਵਾਂ ਦੱਸਾਂਗਾ, ਲੜਕੀ ਦੇ ਹੱਥੋਂ ਮੇਰੇ ਹੱਥ ਲਾ ਲਓ ਭਈਆ, ਘੰਟੇ ਤੇ ਕਿਸ ਤਰ੍ਹਾਂ ਕੈਮਰੇ ਵਾਲੇ ਨਿਕਲ ਜਾਣੇ ਫਿਰ। ਅੱਛਾ ਹਾਂ, ਹੱਥਾਂ 'ਚ ਹੱਥ ਪਾਓ। ਦੇਖ ਲੈ ਯਾਰ, ਕਹਿ ਜਾਨੂ, ਜਾਨੂ, ਮੈਂ ਜਾਨੂ ਕਿਹਾ, ਜਾਨੂ ਤੁਹਾਡੀ ਜਾਨੂ ਹੈ, ਜਾਨੂ ਸੁੰਦਰਾ। ਨਹੀਂ ਭਾਜੀ ਇਹ ਨਹੀਂ ਡਾਇਲੌਗ ਜਿਹੜਾ ਮੈਂ ਕਹਿਣਾ। ਅੱਛਾ ਅੱਛਾ ਠੀਕ, ਕਹੋ ਜਾਨੂ, ਜਾਨੂ, ਭਾਵੇਂ ਮੇਰੇ ਕੋਲ ਪੈਸੇ ਨਹੀਂ, ਭਾਵੇਂ ਮੇਰੇ ਕੋਲ ਪੈਸੇ ਨਹੀਂ, ਤੇਰੇ ਵਿਆਹ ਦੀ ਖਾਤਰ ਮੈਨੂੰ ਕਿਸਮਤ ਵੀ ਵੇਚਣੀ ਪਈ। ਸ਼ਾਬਾਸ਼ ਸ਼ਾਬਾਸ਼ ਸ਼ਾਬਾਸ਼, ਤੇਰੇ ਤੇਰੇ ਵਿਆਹ ਦੀ ਖਾਤਰ ਮੈਨੂੰ ਕਿਸਮਤ ਵੀ ਵੇਚਣੀ ਪਈ। ਤੇ ਮੈਂ ਦੇਵਾਂਗਾ, ਤੇ ਮੈਂ ਦੇਵਾਂਗਾ, ਕੁੜੀਓ ਪਾਲੋ ਕਿਸਮਤ ਬਣੀ ਦੀ, ਨਹੀਂ ਜਾਓ। ਤਾਂ ਹੁਣ ਮੈਂ ਆਇਆ ਤੇ ਤੂੰ ਮੈਨੂੰ ਪੁੱਛਣਾ, ਜਾਨੂ ਤੁਸੀਂ ਤੇ ਆ ਗਏ ਹੋ, ਤੁਹਾਡੇ ਭਰਾ ਕਿਉਂ ਨਹੀਂ ਆਏ? ਪਰੇਸ਼ਾਨ ਕਿਉਂ ਹੈ? ਭੈਣਾ ਦਿਹਾੜੀ ਨਹੀਂ ਲੱਗੀ, ਛੋਟਾ ਤੁਸੀਂ ਸੱਚੀ ਪੁੱਛੀ ਪਿਆਰ ਕਰਦੇ ਹੋ? ਲਿਖੇ ਕਰਦੀ ਕੁੜੀ ਹੈ ਨਾ, ਬਨੇਰੇ ਤੇ ਖਲੋਤੀ ਵੀ ਉੱਚੀ ਨਹੀਂ ਲੱਗਦੀ। ਨਹੀਂ ਤਾਂ ਭਈਆ ਸੱਚੀ ਪੁੱਛੀ ਪਿਆਰ ਕਰਦੇ, ਕਰ ਲੋ, ਬੜਾ ਪਿਆਰ ਕਰਦੇ ਨੇ। ਹਾਂਜੀ ਹਾਂ, ਕਰ ਲੋ ਸ਼ਾਦੀ, ਫਿਰ ਕੀ ਹੋ ਗਿਆ ਯਾਰ? ਸ਼ਾਦੀ ਕਰਾਂ, ਇੰਨੇ ਕੀ ਕਰਾਂ? ਓ ਕੋਈ ਐਸੀ ਗੱਲ ਨਹੀਂ ਬੇਵਕੂਫੇ, ਤੈਨੂੰ ਪਤਾ ਹੀ ਨਹੀਂ ਮੈਂ ਚਾਹਨਾ ਕਿ ਸਾਡੇ ਬੱਚੇ ਹੋਣ ਹਾਏ ਸੋਹਣੇ ਸੋਹਣੇ, ਹਾਏ ਤਿੰਨ ਚਾਰ ਬੱਚੇ ਬਾਹਰ ਫਿਰ ਰਹੇ ਹੋ, ਬਸ ਇੱਕ ਬੱਚੇ ਨੇ 2 ਪੀਸ ਪਾਇਆ ਹੋਵੇ, ਹਾਏ ਇੱਕ ਬੱਚੇ ਨੇ 3 ਪੀਸ ਪਾਇਆ ਹੋਵੇ, ਹਾਏ ਇੱਕ ਬੱਚੇ ਨੇ ਕੱਖ ਵੀ ਨਾ ਪਾਇਆ ਹੋਵੇ, ਇੱਕ ਬੱਚਾ ਵਿੱਚੋਂ ਤਬੀਅਤ ਕੰਜੂਸ ਯਾਨੀ ਸ਼ੇਖ ਹੋਣਾ ਚਾਹੀਦਾ ਨਾ, ਬੜੀ ਸਿਆਣੀ ਕੌਮ ਹੈ, ਬੱਚਤ ਬੜੀ ਕਰਦੀ ਹੈ। ਓਏ ਸ਼ੇਖ ਸੀ ਉਹ ਕਿਸ ਤਰ੍ਹਾਂ? ਲੈ ਤੈਨੂੰ ਕੀ ਪਤਾ ਹੋਵੇ, ਮੈਨੂੰ ਤੇ ਕੌਮਾਂ ਦਾ ਪਤਾ ਹੀ ਨਹੀਂ। ਇੱਕ ਇੱਕ ਸ਼ੇਖ ਸਾਹਿਬ ਦੇ ਘਰ ਮੈਂ ਗਿਆ, ਮੈਂ ਕਿਹਾ ਸ਼ੇਖ ਸਾਹਿਬ ਤੁਹਾਡਾ ਛੋਟਾ ਮੁੰਡਾ ਨਹੀਂ ਨਜ਼ਰ ਆ ਰਿਹਾ? ਹਾਂ। ਕਹਿੰਦੇ ਯਾਰ ਕੰਮ ਕੋਈ ਨਹੀਂ ਸੀ ਕਰਦਾ, ਮੈਂ ਪਠਾਣਾ ਨੂੰ ਦੇ ਕੇ ਡੈਕ ਲੈ ਲਿਆ ਯਾਰ।
ਉਹ ਫਾਇਦਾ ਸੋਚਦੇ ਨੇ ਕਿ ਫਾਇਦਾ ਕਿੱਥੇ ਹੋ ਰਿਹਾ। ਇੱਕ ਸ਼ੇਖ ਸਾਹਿਬ ਇੱਕ ਤਵਾਇਫ ਕੋ ਕੋਠੇ ਤੇ ਗਏ ਸਨ। ਅੱਛਾ। ਅਕਾ ਤਵਾਇਫ ਕਹਿੰਦੀ ਸ਼ੇਖ ਸਾਹਿਬ ਜਿਹੜੀ ਤੁਸੀਂ ਗਲੇ 'ਚ ਚੇਨ ਪਾਈ ਮੈਨੂੰ ਦੇ ਦਿਓ। ਅੱਛਾ। ਮੈਨੂੰ ਜਦੋਂ ਤੁਹਾਡੀ ਯਾਦ ਆਏ ਕਿ ਮੈਂ ਤੁਹਾਡੀ ਚੇਨ ਵੇਖ ਲਾਂਗੀ। ਕੀ ਬਾਤ ਹੈ। ਉਹ ਸ਼ੇਖ ਸਾਹਿਬ ਸਨ। ਕਹਿੰਦੇ ਤੂੰ ਸਿਰਫ ਇਹ ਚੇਨ 'ਚ ਰੱਖ ਕੇ ਯਾਦ ਕਰ ਲਈ, ਮੈਂ ਮੰਗੀ ਸੀ ਉਹਨੇ ਦਿੱਤੀ ਹੀ ਨਹੀਂ। ਆਪ ਮੇਰੇ ਸਾਥ ਸ਼ਾਦੀ ਕਰੋਗੀ, ਹਮਾਰਾ ਇੱਕ ਬੇਟਾ ਹੋਗਾ, ਬਸ ਐਡਾ ਹੋ ਜਾਏਗਾ, ਉਹਦਾ ਸਿਰਫ ਇੱਕੋ ਹੀ ਨਾਮ ਆਏਗਾ। ਉਹ ਕੀ? ਮੁੰਡੇ ਦਾ ਕਿਸਮਤ ਦਾ ਰੌਲਾ ਪੈ ਗਿਆ ਜੀ। ਚਲੋ ਕੋਈ ਗੱਲ, ਚਲ ਜਾਨ ਜੀ ਅੰਦਰ ਆ, ਛੱਡੋ ਇਹਨਾਂ। ਚਲੋ ਠੀਕ ਹੈ, ਮੈਂ ਕਹਿ ਰਿਹਾ ਮੈਂ ਥੋੜੀ ਰੈਸਟ ਕਰਾਂ। ਸਾੜਾ ਹੁਣ ਲੈ ਕੇ ਤੇ ਮੈਂ ਹੀ ਜਾ ਰਿਹਾ ਨਾ।